ਚੱਲ ਬਾਈ ਕਰ ਯੂਜ਼। वेलकम बैक जी थोड़ा साढ़े ब्लॉग के बंदा वही आ खड़ी आप हो यह भी नाल जा रही है तो असं वेट कर रहे हैं जाकी का अज कितने प्रोग्राम है जाने का अज के ब्लॉग के थोड़ा जहा मतलब असं चले घूम फिर मतलब महत्ता म्यूजियम महत्ता म्यूजियम ਉਹਨੂੰ ਪਤਾ ਨਹੀਂ ਕੀ ਕਹਿੰਦੇ ਆਈ ਡੋਨਟ ਨੋ ਦ ਪ੍ਰੋਨਾਂਸੀਏਸ਼ਨ ਆਫ ਮਹੱਤਾ ਮਹੱਤਾ ਮਤਲਬ ਉਹ ਪਲੇਨ ਜਿਹੜੇ ਓਲਡ ਪਲੇਨ ਵਗੈਰਾ ਹੈਗੇ ਨੇ ਜਹਾਜ਼ ਹਨਾ ਤੇ ਸ਼ਾਰਜਾ ਚ ਉਹਦਾ ਮਿਊਜ਼ੀਅਮ ਹੈਗਾ ਆਪਾਂ ਚੱਲਾਂਗੇ ਉਹਨੂੰ ਦੇਖਾਂਗੇ ਫਿਰ ਤੁਹਾਨੂੰ ਵੀ ਦਿਖਾਵਾਂਗੇ ਨਾਲ ਕਿਉਂ ਸਲੀਮੇ ਸਹੀ ਸਹੀ ਹੈ ਨਾ ਕਿਉਂ ਆਪੋ ਮੇਰੇ ਚੈਨਲ ਤੇ ਜਾ ਕੇ ਸਬਸਕ੍ਰਾਈਬ ਕਰ ਲੋ ਯੋ ਯੋ ਨਾਮ ਦੱਸਿਆ ਨਹੀਂ ਆਫੀਆ ਵਰਲਡ ਹੈ चलो ठीक है तो मिलते हैं शारजा महत्ता जाके हम आप जाने गड्डी च लुटद बुले 8 बजे तक वह बंद हो जाना वा 6 बज गए 2 घंटे अपने को आप पी आर पी करा दें तेरे तेरे बाल फिर दोबारा मेडिसिन फेल करावा महत्ता म्यूजियम गलबात है 18 मिनट का रास्ता वा 11 किलोमीटर मैप ला लिया जाने सीधा फिर देता की माहौल बनता अपने चिंगू मिंगू हुणी ने ठीक है अगर इन्होंने कोई तंग ना किया कोई गलबात वधिया टाइम कढ़ाता बैलन डालना ठीक है जी ते हुण मिलदे आप ऑन द वे मैन तैनूं मेरा रैप लिखा किदां लगदा आ तुसी मैं जदों गाऊं मैं ना गुड रैप सी गुड पूरी हत्त कराई तेरे बाई ने है ना हाँ यार इदा आप लिख लईदा कोई ना कोई पोएट्री भी लिख लईदी आ जिंदगी च दो चीजें ही लिखियां दो बारी बस सही है ना सलीम जमात जमात है ना दिल दी गल सचिया हम आप मिलते हैं थोनू उ जाके अड्डे ठीक है बस हाथ हिलता यार गड्डी ए जो रोक दी है ना तो फिर कैमरा भी ए शेक होने लग जाता वा पुराने ब्लॉग के दस जो गूगल है बड़ा हराम का मतलब तो ये भैन मेरे मुँह गाला ही निकल दें सीधे सिंपल थोनू गूगल यूटर्न मार के फिर वापस आओ आ देखो मैं दिखा थोड़ा एक मिनट गूगल वाले समझाओ कुछ है कोई अणजाण बंदा तो बेचारा मेरे वर्गा लैके राइट 15 मिनट का राह तो 2 घंटे च पहुंचूगा ट्रैफिक तो पहला ही है कि नहीं जो महत्ता म्यूजियम आ मतलब आपू इदा वा कि आप डीपली डिटेल्ड नहीं कर सकते क्योंकि आप नहीं है ना क्यों सलीम तो जो जो इनफॉर्मेशन सामने पई होगी आप दसागे है लेकिन मैं सुनया सी उत्थे पुराने प्लेन पे जहाज पे इंजन पे मैं देखा भी थोड़ा जहा तो लैट सी कि एक्सपीरियंस हों आप जाके उत्थे म्यूजियम वगैरह च वधिया हुंदा वा उदोली अलग मतलब थोड़ा माइंड चाहिए होंगे ये नहीं है कि तुम फन कर जा रहे हो या वो माइंड ना तुम जाओ नहीं समझने वाली गल चाहिए समझने वाली बस लो भी मित्रों आप आ गए महत्ता म्यूजियम से ठीक है अंदर जाके देखते हैं कि माहौल बनता वा जहाज तो लग्या देख लिया बिल्डिंग नहीं कोई गल नहीं बिल्डिंग तो मैंने दस भी पुरानी है चल वो नहीं टेंशन ली दी
ਲੇਕਿਨ ਮਾਹੌਲ ਆਪਾਂ ਅੰਦਰੋਂ ਦੇਖਣਾ ਜਾ ਕੇ ਠੀਕ ਆ ਘੈਂਟ ਆ ਪੂਰਾ ਘੈਂਟ ਵਧੀਆ ਜਹਾਜ਼ ਦੇਖੀ ਇੰਜਣ ਦੇਖੀ ਜਹਾਜ਼ਾਂ ਦੇ ਹਾਂ ਟਾਇਰ ਦਿਖਾਉਣੇ ਐਡਾ ਮੋਟਾ ਟਾਇਰ ਆ ਇੰਨਾ ਮੋਟਾ ਕਿਹੜਾ ਹੁੰਦਾ ਸਾਈਕਲ ਦਾ ਉਹਦੀ ਜਿਹੜੀ ਉਹਦੀ ਰਬੜ ਆ ਨਾ ਰਬੜ ਇੰਨੀ ਥਿੱਕ ਨਾ ਸਰ ਰਬੜ ਦੀ ਉਨਾ ਹੀ ਥਿੱਕ ਹੈ ਲੈ ਵੀ ਮਿੱਤਰੋ ਤੁਹਾਨੂੰ ਪਹਿਲੀ ਨਜ਼ਰ ਮਰਾ ਦਈਏ ਜਹਾਜ਼ ਖੜਾ ਇੱਥੇ ਆਹ ਐਂਟਰੈਂਸ ਆ ਮਤਲਬ ਆਪਾਂ ਹੈਗੇ ਇਹਨਾਂ ਦੀ ਗਰਾਊਂਡ ਦੇ ਵਿੱਚ ਆਪਾਂ ਉੱਥੋਂ ਐਂਟਰ ਹੋ ਗਏ ਹਾਂ ਹੈ ਨਾ ਅਤੇ ਇੱਥੋਂ ਹਾਂ ਸਮਝ ਗੱਲ ਨੂੰ ਫਿਰ ਇੱਥੋਂ ਆ ਕੇ ਸਾਰੀ ਆ ਗਰਾਊਂਡ ਆ ਅਤੇ ਮੂਹਰੇ ਤੁਹਾਨੂੰ ਆਹ ਦੇਖ ਜਾਣਾ ਲੱਗਿਆ ਅਤੇ ਉੱਥੋਂ ਮੈਨੂੰ ਲੱਗਦਾ ਮੇਨ ਐਂਟਰੀ ਆ ਉਹ ਗੇਟ ਤੋਂ ਟਿਕਟ ਲੈ ਲਈ ਆਪਾਂ ਉੱਥੇ ਜਾ ਕੇ ਫਿਰ ਦੇਖਦੇ ਹਾਂ ਆ ਜਿਹੜੀਆਂ ਇੱਥੇ ਫਿਲਮਾਂ ਫੋਟੋਆਂ ਬਣਾਈਆਂ ਉਹ ਪਲੇਨ ਥੱਲੇ ਹੈ ਕਹਿੰਦਾ ਬਸ ਇਹੀ ਆ ਕੁਛ ਹੋਰ ਹੈ ਨਹੀਂ ਦੇਖਦੇ ਅੰਦਰ ਜਾ ਕੇ ਇੰਜਣ ਉਂਜਣ ਦਿਖਾਉਣਾ ਇਹਨੂੰ ਵੱਡੇ ਟਾਇਰ ਮਾਹੌਲ ਵਧੀਆ ਕੈਮ ਬਣਾਇਆ ਕਿਉਂ ਅਸਲੀ ਮੈਂ ਮਾਹੌਲ ਤਾਂ ਗਰਮੀ ਵਾਲਾ ਹੀ ਆ ਨਹੀਂ ਤੈਨੂੰ ਲਾਦਾ ਇੰਨੀ ਤਾਂ ਵਧੀਆ ਜ਼ਿਆਦਾ ਗਰਮੀ ਨਹੀਂ ਹੈਗੀ ਅਤੇ ਤੁਹਾਨੂੰ ਮੇਰੇ ਮੂੰਹ 'ਤੇ ਹੀ ਲੱਗ ਰਿਹਾ ਹੋਊਗੀ ਮੰਨਣੀ ਨਹੀਂ ਬਸ ਮੰਨਣੀ ਨਹੀਂ ਹੈਗੀ ਤੁਸੀਂ ਅਤੇ ਟਿਕਟਾਂ ਮੈਨੂੰ ਲੱਗਦਾ ਮਿਲ ਗਈਆਂ ਲੈ ਲਈਆਂ ਦਰਵਾਜ਼ਾ ਬੜਾ ਘੈਂਟ ਆ ਬਾਈ ਉੱਥੋਂ ਟਿਕਟਾਂ ਮਿਲ ਜਾਣੀਆਂ ਮੈਂ ਦਿਖਾਉਣਾ ਘੈਂਟ ਪੂਰਾ ਵਧੀਆ ਮੇਨ ਗੇਟ ਤੋਂ ਆ ਕੇ ਸਿੱਧਾ ਠੀਕ ਹੈ ਇੱਥੇ ਹੈਗਾ ਤੁਹਾਡਾ ਟਿਕਟ ਕਾਊਂਟਰ ਠੀਕ ਹੈ ਟਿਕਟ ਰਿਸੈਪਸ਼ਨ ਆ ਗਈ ਉੱਥੇ ਮਤਲਬ ਰਿਸੈਪਸ਼ਨ ਕਹਿ ਦਿਓ ਟਿਕਟ ਕਾਊਂਟਰ ਕਹਿ ਦਿਓ ਆਹ ਹੋ ਗਿਆ ਗੇਟ ਠੀਕ ਹੈ ਜੀ ਅਤੇ ਹੁਣ ਆਪਾਂ ਚੱਲੇ ਹਾਂ ਅੰਦਰ ਟਿਕਟਾਂ ਮਿਲ ਗਈਆਂ ਤਿੰਨ ਹੁਣ ਆਪਾਂ ਕਰਾਂਗੇ ਐਂਟਰੀ ਚਾਰ ਜਣਿਆਂ ਦੀਆਂ ਠੀਕ ਹੈ ਆਹ ਪੁਰਾਣੇ ਜ਼ਮਾਨੇ ਦੀਆਂ ਤੋਪਾਂ ਨੇ ਪਰ ਇਹਦੀ ਕੋਈ ਹਿਸਟਰੀ ਨਹੀਂ ਹੈਗੀ ਲੇਕਿਨ ਮੈਨੂੰ ਇਹ ਪੁਰਾਣਾ ਅਰੇ ਚ ਪਊਗੀ ਬਾਈ ਅੱਗ ਹਾਂ ਇੱਥੋਂ ਦੀ ਪੈਂਦਾ ਨਾ ਗੋਲਾ ਇੱਥੋਂ ਦੀ ਪਾ ਕੇ ਗੋਲਾ ਇੱਥੇ ਲਾ ਕੇ ਅੱਗ ਫਿਲਮਾਂ ਦੇ ਵੀ ਦੇਖਿਆ ਹਾਂ ਕੁੱਟ ਕੇ ਇਹ ਟੀਪੂ ਸੁਲਤਾਨ ਉਹਦੇ ਟਾਈਮ ਦੀ ਆ ਬਾਈ ਬਈ ਇੱਥੋਂ ਗੋਲਾ ਪਾਤਾ ਆਪਾਂ ਇੱਥੇ ਪਾ ਕੇ ਹਾਂ ਯਾਰ ਓਰੀਜਨਲ ਲੱਗਦੇ ਅਸਲੀ ਇਹ ਇੱਥੇ ਭਰੀ ਹੋਣੀ ਆ ਪਟਾਸ ਹਾਂ ਫਿਰ ਉਹ ਲਾਉਣਗੇ ਅੱਗ ਇੱਥੇ ਬਣੂ ਗੈਸ ਨਾ ਫਿਰ ਹਾਂ ਫਿਰ ਉਹਨੇ ਬਲਾਸਟ ਕਰਨਾ ਉਹ ਤੱਕ ਸਿੱਧਾ ਪਤਾ ਨਹੀਂ ਇਦਾਂ ਹੀ ਹੋ ਜਾਂ ਨਹੀਂ ਹੋ ਇਹ ਅਸੀਂ ਸੋਚਿਆ ਇਹ ਸਾਡੇ ਵਾਂਗੂ ਇਹ ਸਾਡਾ ਮਤਲਬ ਇਹ ਆਈਡੀਆ ਚਲੋ ਜੀ ਆਓ ਮਿਲੀਏ ਫਿਰ ਬਾਹਰ ਅੱਗੇ ਜਾ ਕੇ ਮਾਹੌਲ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਅਜਾਨ ਹੋ ਗਈ ਹੈ ਅਜਾਨ ਹੋਣ ਤੋਂ ਬਾਅਦ ਮਿਲਦੇ ਹਾਂ ਆਪਾਂ ਠੀਕ ਹੈ ਦੇਖੀ ਕਹਾਣੀ ਪੈਂਦੀ ਮਤਲਬ ਕਿ ਹਵਾ ਚੜ੍ਹਦੇ ਦੇਖਿਆ ਅਸੀਂ ਤੁਹਾਨੂੰ ਛੱਤ ਦੇ ਟੰਗਿਆ ਦਿਖਾਤਾ ਪਲੇਨ ਇਹ ਐਵੇਂ ਨਹੀਂ ਕਿ ਓਰੀਜਨਲ ਆ ਓਰੀਜਨਲ ਯਾਰ ਗੱਲ ਪੈ ਗਈ ਸੀ ਜਿਹੜਾ ਇੱਥੇ ਪੂਰਾ ਇਹ ਮੈਂ ਵੀਡੀਓ ਬਣਾ ਤੀ ਆਪੇ ਪੜ੍ਹ ਲਿਓ ਵਾਹ ਮਜ਼ਾ ਆ ਗਿਆ ਯਾਰ ਦੇਖ ਕੇ ਉਹ ਵੀ ਮਿੱਤਰੋ ਆਹ ਸਾਰੀ ਡਿਟੇਲ ਆ ਤੁਸੀਂ ਹੋ ਸਕਿਆ ਪੜ੍ਹ ਲਿਓ ਇੰਨਾ ਮਤਲਬ ਆਪਣੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਔਰ ਯਾਦ ਵੀ ਨਹੀਂ ਰਹਿੰਦਾ ਯਾਰ ਇੰਨਾ ਕੁਛ ਲਿਖਿਆ ਹੈ ਨਾ ਲੇਕਿਨ ਜੋ ਵੀ ਨਜ਼ਾਰਾ ਦੇਖੋ ਤੁਸੀਂ ਇੱਧਰ ਅਗਰ ਨਜ਼ਰ ਮਾਰੋ ਹੈ ਨਾ ਤਾਂ ਦੇਖੋ ਮਾਹੌਲ ਪੂਰਾ ਵਧੀਆ ਬਣਿਆ ਹੋਇਆ ਹੈ ਨਾ ਸਹੀ ਅਤੇ ਹੁਣ ਜਿਹੜਾ ਆਪਾਂ ਜਿਹੜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਸਾਡੀਆਂ ਫੋਟੋਆਂ ਟਾਇਰ ਦੇ ਥੱਲੇ ਨਾਲ ਬਹਿ ਕੇ ਹੈ ਨਾ ਆਊਟਸਾਈਡ 'ਤੇ ਸਲੀਨ ਦੀ ਫੋਟੋਜ਼ ਹੈਗੀਆਂ ਉਹਦਾ ਅੰਦਰੋਂ ਕਾਕਪਿਟ ਵਗੈਰਾ ਔਰ ਫਰੰਟ ਪਾਰਟ ਜਿਹੜਾ ਹੁੰਦਾ ਵਾ ਉਹ ਆਪਾਂ ਅੰਦਰੋਂ ਦਿਖਾਉਂਦੇ ਹਾਂ ਠੀਕ ਹੈ ਅਤੇ ਇਹ ਚੀਜ਼ ਆ ਸਮਝ ਲਓ ਇੱਥੋਂ ਸਟਾਰਟ ਹੋ ਗਿਆ ਹੈ ਨਾ ਅਤੇ ਹੁਣ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਓਕੇ ਬਾਬਾ ਅਸੀਂ ਜਹਾਜ਼ ਦੇ ਵਿੱਚ ਇੱਦਾਂ ਤੁਰੇ ਫਿਰਦੇ ਹਾਂ ਜਿਵੇਂ ਸਾਡੇ ਪਿਓ ਦਾ ਸ਼ੇਅਰ ਚੱਲਦਾ ਇਹਦੇ ਵਿੱਚ ਨਾ
ਇਹ ਹੈਗੀ ਹੈ ਗੱਲ ਦਾਸ ਦਰਾਮ ਦਿੱਤਿਆ ਦਾਸ ਗੱਲ ਫਿਰ ਲਾਈਨ ਦਾ ਇਹ ਮਤਲਬ ਜਹਾਜ਼ ਪਲੇਨ ਆ ਜਹਾਜ਼ ਆਪਾਂ ਤਾਂ ਕਹਿੰਦੇ ਆਪਾਂ ਪੰਜਾਬੀ ਆ ਜਹਾਜ਼ ਚੱਲਦਾ ਇੱਦਾਂ ਆਹ ਹੁਣ ਜਿਹੜੀ ਘੈਂਟ ਚੀਜ਼ ਮਤਲਬ ਇਹ ਮੈਂ ਵੀ ਪਹਿਲੀ ਵਾਰੀ ਦੇਖ ਰਿਹਾ ਕਈਆਂ ਨੇ ਐਕਸਪੀਰੀਅੰਸ ਕੀਤੀ ਹੋਣੀ ਲੇਕਿਨ ਮਤਲਬ ਉਹ ਜਹਾਜ਼ ਦਾ ਸਟੀਅਰਿੰਗ ਹੋ ਗਿਆ ਕਿੰਨੇ ਲੀਵਰ ਆ ਯਾਰ ਕਿੰਨੇ ਸਵਿੱਚ ਆ ਯਾਰ ਕਾਕਪਿਟ ਯਾਰ ਆਹ ਦੇਖ ਲਈ ਮੈਂ ਇੱਧਰ ਦੇਖੀ ਯਾਰ ਇਹ ਪੁਰਾਣੇ ਜ਼ਮਾਨੇ ਦਾ ਤੇ ਹੁਣ ਜਿਹੜੇ ਹੁਣ ਦੇ ਹੋਣੇ ਉਹਨਾਂ 'ਚ ਕੀ ਟੈਕਨੋਲੋਜੀ ਹੋਣੀ ਆ ਯਾਰ ਐਡਵਾਂਸ ਆਹ ਤੱਕ ਟੀਵੀ 'ਤੇ ਦੇਖਿਆ ਸੀ ਅੰਦਰਲਾ ਪਾਰਟ ਰੀਅਲ ਹੁਣ ਦੇਖਿਆ ਧਾਨਾ ਬਾਈ ਜਿਹੜੇ ਪਾਇਲਟ ਆ ਇੰਨਾ ਸਮਝਣਾ ਇੰਨੇ ਬਟਨ ਇੰਨੇ ਲੀਵਰ ਇੰਨਾ ਕੁਛ ਵਿੱਚ ਨਿੱਕੀ ਨਿੱਕੀ ਗੇਮ ਨਿੱਕੇ ਨਿੱਕੇ ਬਟਨ ਹਨਾ ਕੋਈ ਗਲਤ ਚੇਰੇ ਮੇਰੇ ਅੱਗੇ ਖਾ ਪੀ ਕੇ ਦੱਬ ਦੇਵੇ ਤਾਂ ਪਿੱਛੇ ਬੈਠੇ ਤਾਂ ਪਰ ਗਏ ਓਕੇ ਬਾਈ ਟਾਟਾ ਹਨਾ ਆਹ ਗਲਾਸ ਲਾਇਆ ਇੱਥੋਂ ਐਂਟਰ ਨਹੀਂ ਹੋ ਸਕਦੇ ਇਸ ਤੋਂ ਗਾਹ ਇੱਧੋ ਅੱਗੇ ਐਂਟਰ ਨਹੀਂ ਹਨਾ ਅਜ਼ਾਦ ਦੇ ਗਲਾਸ ਹੈ ਤੇ ਆਹ ਚੀਜ਼ ਇੱਥੇ ਇਹਦਾ ਸਮਝ ਨਹੀਂ ਹੈਗਾ ਆਪਾਂ ਨੂੰ ਕੀ ਹੈ ਮਤਲਬ ਸ਼ਾਇਦ ਟਰੋਲੀ ਟਰੋਲੀ ਜਾਂ ਫੂਡ ਦਾ ਉਸੇ ਉਹ ਹੋਣਾ ਜਾਂ ਇੱਥੇ ਉਹ ਏਅਰ ਹੋਸਟੇਸ ਬਹਿੰਦੀਆਂ ਹੋਣੀਆਂ ਨੇ ਹਨਾ ਪਰ ਉੱਥੇ ਸੀਟ ਬੈਲਟ ਦਾ ਤਾਂ ਹੈ ਨਹੀਂ ਆ ਤੇ ਆਹ ਹੋ ਗਈਆਂ ਸੀਟਸ ਇਹਦੀਆਂ ਉਹਨਾਂ ਟਾਈਮਾਂ ਦੀ ਆ ਹੈ ਕਿਆ ਬਾਤ ਹੈ ਯੋਯੋ ਤੇ ਆਹ ਨੀਚੇ ਮਿਲਣਾ ਤਾਂ ਇੰਜਨ ਰੂਮ ਸਾਰਾ ਹਾਂ ਸਾਰਾ ਇਹਦਾ ਜਾਂ ਕਾਰਗੋ ਕਾਰਗੋ ਰੂਮ ਹੋ ਸਕਦਾ ਠੀਕ ਹੈ ਜੀ ਇਹ ਆਪਣਾ ਐਮਰਜੈਂਸੀ ਐਗਜ਼ਿਟ ਇਹ ਸਾਈਡ ਹੋ ਗਿਆ ਉਹ ਦੇਖੋ ਐਮਰਜੈਂਸੀ ਐਗਜ਼ਿਟ ਇਹ ਹੋ ਗਈ ਐਂਟਰੈਂਸ ਪੁਰਾਣੇ ਜ਼ਮਾਨੇ ਦੇ ਐਂਟਰੈਂਸ ਦੇਖ ਲਓ ਆਹ ਤੇ ਯਾਰ ਆਪਾਂ ਉਹ ਇਹਦੀ ਸਟਾਰਟਿੰਗ ਦੇ ਵਿੱਚ ਨਾ ਉਹ ਲਾਤਾ ਪੈਂਪਲੇਟ ਜਿੱਥੇ ਇਹਨਾਂ ਦੀ ਇਨਫੋਰਮੇਸ਼ਨ ਲਿਖੀ ਆ ਅਗਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਵੀ ਕਿਹੜੇ ਸੰਦ ਆ ਕਦੋਂ ਸਟਾਰਟ ਹੋਇਆ ਇਹ ਹਨਾ ਤੇ ਉਹ ਤੁਸੀਂ ਉਹ ਪੈਂਪਲੇਟ ਤੇ ਪੇਪਰ ਤੇ ਪੜ੍ਹ ਲਿਓ ਠੀਕ ਹੈ ਜੀ ਪਤਾ ਲੱਗ ਜਾਂਦਾ ਹਾਂ ਪਤਾ ਲੱਗ ਜਾਂਦਾ ਅਸੀਂ ਤਾਂ ਪੜ੍ਹ ਲਾਂਗੇ ਜਿੰਨਾ ਕਿ ਸਾਨੂੰ ਯਾਦ ਰਹਿ ਗਿਆ ਲੇਕਿਨ ਸਾਡਾ ਇੰਨਾ ਦਿਮਾਗ ਤੇਜ਼ ਨਹੀਂ ਹੈਗਾ ਜੇ ਅਸੀਂ ਯਾਦ ਰੱਖ ਸਕੀਏ ਹੁਣ ਤੁਹਾਨੂੰ ਬੈਠਦਾ ਨੈਕਸਟ ਜਹਾਜ਼ ਦੇ ਵਿੱਚ ਵੈਲਕਮ ਆ ਜੀ ਆਪਣੇ ਦੂਜੇ ਪਲੇਨ ਦੇ ਵਿੱਚ ਵੀ ਆਪਾਂ ਬਾਏ ਕਰ ਲਿਆ ਸਹੀ ਹੈ ਤੇ ਥੋੜ੍ਹਾ ਜਿਹਾ ਪੁਰਾਣਾ ਉਹ ਆਹ ਤਾਂ ਬਾਹਲਾ ਪੁਰਾਣਾ ਯਾਰ ਆ ਦੇਖੋ ਜੀ ਹਿਸਟਰੀ ਦੇਖੋ 1944 ਦੀ ਗੱਲਬਾਤ ਚੱਲਦੀ ਹੈ ਇੱਥੇ ਉਹ ਆ 1953 ਸੀ ਵਾਹ ਆ ਦੇਖ ਅੰਦਰ ਕਿੰਨਾ ਪੁਰਾਣਾ ਬਾਈ 1953 ਦਿਮਾਗ ਤਾਂ ਉਦੋਂ ਵੀ ਬਹੁਤ ਲੱਗਦਾ ਸੀ ਬੰਦਿਆਂ ਦਾ ਕਿੰਨੇ ਲਿਵਰ ਲੋਵਰ ਬਟਨ ਧੰਨ ਆ ਯਾਰ ਮੈਂ ਤਾਂ ਕਹਿੰਦਾ ਜਿਹੜੇ ਉਹਦੇ ਮੈਪ ਰੱਖਿਆ ਸੀ ਵਰਡ ਮੈਪ ਉਦੋਂ ਵੀ ਯੂਜ਼ ਕਰਦੇ ਸੀ ਯਾਰ ਲੈ ਮਤਲਬ ਯਾਰ ਇਹ ਚੀਜ਼ ਨੂੰ ਇੱਕ ਤਾਂ ਆਪਾਂ ਨੋਰਮਲ ਟਰੈਵਲ ਕਰਦੇ ਹਾਂ ਨਾ ਟਰੈਵਲ ਕਰਦੇ ਹਾਂ ਥੋੜ੍ਹਾ ਜਿਹਾ ਅਤੇ ਆਪਾਂ ਇੱਕ ਉਹਨੂੰ ਬਿਲਕੁਲ ਕੋਲੋਂ ਐਕਸਪੀਰੀਅੰਸ ਕਰਦੇ ਹਾਂ ਆਪਾਂ ਉਹਨੂੰ ਹੈ ਨਾ ਅਤੇ ਉਹ ਮਤਲਬ ਡਿਫਰੈਂਟ ਫੀਲਿੰਗ ਆ ਆਪਾਂ ਹੁਣ ਵੈਸੇ ਇਹਨੂੰ ਮਜ਼ਾਕ ਤੇ ਆਪਾਂ ਸੀਰੀਅਸ ਨਾ ਲਏ ਜਾਏ ਤਾਂ ਉਹ ਗੱਲ ਨਹੀਂ ਹੈਗੀ ਉਹ ਪਤਾ ਲੱਗਦਾ ਵੀ ਯਾਰ ਉਹਨਾਂ ਦਾ ਮਾਇੰਡ ਕਿੰਨਾ ਵਾ ਪਾਇਲਟ ਦਾ ਉਹ ਕਿੰਨਾ ਸੋਹਣਾ ਆਪਰੇਟ ਕਰਦੇ ਨੇ ਹੈ ਨਾ ਅਤੇ ਸੇਫਟੀ ਨਾਲ ਲੈ ਕੇ ਆਉਂਦੇ ਨੇ ਪੈਸੈਂਜਰਸ ਨੂੰ ਆਹ ਸਾਰੀ ਡਿਟੇਲ ਆ 1953 ਦੇ ਵਿੱਚ ਇਹਨਾਂ ਨੇ ਆਹ ਚੀਜ਼ ਧੱਕ ਪਾ ਦਿੱਤੀ ਹੈ ਨਾ ਅਤੇ ਜਿਹੜੇ ਆਹ ਲੀਵਰ ਲੱਗੇ ਨੇ ਯਾਰ ਇਹ ਦਿਮਾਗ ਵਾਲਾ ਬੰਦਾ ਹੀ ਚਲਾ ਸਕਦਾ ਇਹਨਾਂ ਨੂੰ ਸਾਡੇ ਵਰਗਾ ਨਹੀਂ ਹੈ ਨਾ ਸਹੀ ਗੱਲ ਆ ਬਾਈ ਤੂੰ ਆ ਕੇ ਆਹ ਤੁਹਾਨੂੰ ਵੀਡੀਓ ਵਿੱਚ ਕੈਪਚਰ ਕਰਵਾਇਆ ਯਾਰ ਲੀਵਰ ਲੋਵਰ ਸਾਰੇ ਯਾਰ ਮਤਲਬ ਇੱਕ ਅੱਛੀ ਫੀਲਿੰਗ ਆ ਟਿਕਟ ਵੀ ਕੁਛ ਨਹੀਂ ਹੈਗੀ 10 ਦਰਾਮ ਟਿਕਟ ਆ 4 ਜਾਣੇ ਅਸੀਂ ਆਏ ਸੀ 40 ਦਰਾਮ ਲੱਗਿਆ ਅਤੇ ਐਕਸਪੀਰੀਅੰਸ ਜਿਹਨੇ ਨਹੀਂ ਦੇਖਿਆ ਸ਼ਾਰਜਾ ਦੇ ਵਿੱਚ ਆ ਮਹੱਤਾ ਮਿਊਜ਼ੀਅਮ ਤੁਸੀਂ ਆ ਕੇ ਵਿਜ਼ਿਟ ਕਰੋ ਤਾਂ ਅੱਛੀ ਗੱਲ ਆ ਵਧੀਆ ਐਕਸਪੀਰੀਅੰਸ ਆ ਚੀਜ਼ ਦਾ ਲਓ ਜੀ ਹੁਣ ਆਪਾਂ ਮੇਨ ਉਹ 'ਤੇ ਆ ਗਏ ਜਿੱਥੇ ਮਤਲਬ ਇਹਨਾਂ ਨੇ ਪਲੇਨ ਖੜਾਇਆ ਉੱਥੋਂ ਅਸੀਂ ਵਾਕਆਊਟ ਕਰਕੇ ਉੱਪਰ ਦੀ ਆ ਕੇ ਇਹਦੇ ਅੰਦਰ ਗਏ ਹਾਂ ਜਿਹੜਾ ਤੁਹਾਨੂੰ ਦਿਖਾਇਆ ਵਾ ਠੀਕ ਆ ਫਿਰ ਇੱਥੋਂ ਆ ਕੇ ਬਾਹਰ ਆ ਇਹਦੇ ਅੰਦਰ ਦਾ ਵੀ ਐਕਸਪੀਰੀਅੰਸ ਬਹੁਤ ਅੱਛਾ ਵਾ ਲੇਕਿਨ ਹੁਣ ਤੁਸੀਂ ਬਿਲਕੁਲ ਨੇੜਿਓਂ ਐਕਸਪੀਰੀਅੰਸ ਕਰ ਸਕਦੇ ਹੋ ਜਿਹੜੀ ਗਰਾਊਂਡ ਦੇ ਵਿੱਚ ਇਹਨਾਂ ਨੇ ਆ ਪਲੇਨ ਖੜੇ ਕੀਤੇ ਨੇ ਬਿਲਕੁਲ ਟੱਚ ਕਰਕੇ ਹੈ ਨਾ ਕਿਆ ਕਿਆ ਮਟੀਰੀਅਲ ਲਾਇਆ ਹੋਇਆ ਯਾਰ ਇਹਨਾਂ ਨੇ ਐਕਸਪੀਰੀਅੰਸ ਬਹੁਤ ਘੈਂਟ ਆ ਯਾਰ ਇਹ ਹੈ ਨਾ ਸਲੀਮੇ ਹਾਂ ਬਾਈ ਬਹੁਤ ਸਹੀ ਚੀਜ਼ ਬਣਾਈ ਆ ਅਤੇ ਹੁਣ ਕਿ ਟਾਈਮ ਕੱਢ ਕੇ ਆ ਜਾਣਾ ਚਾਹੀਦਾ ਵਾ ਛੋਟਾ ਜਿਹਾ ਮਿਊਜ਼ੀਅਮ ਆ ਅਤੇ ਆਪਾਂ ਨੋਰਮਲੀ ਆਪਣੀ ਲਾਈਫ 'ਚ ਐਰੋਪਲੇਨ ਦੇਖਦੇ ਨਹੀਂ ਫਾਈਟਰ ਜਾਂ ਕੋਈ ਵੀ ਇੰਨੀ ਨੇੜੇ ਹੋ ਜਦੋਂ ਆਪਾਂ ਫਲਾਈਟ ਲੈਣੀ ਆ ਉਦੋਂ ਹੀ ਚੜ੍ਹਦੇ ਉੱਤਰਦੇ ਹਾਂ ਉਦੋਂ ਹੀ ਦੇਖਦੇ ਹਾਂ ਨਾ ਬਟ ਵਧੀਆ ਐਕਸਪੀਰੀਅੰਸ ਆ ਓਵਰਆਲ ਆ ਫਰੰਟ ਪਾਰਟ ਆ ਉਹਦਾ ਟਾਇਰ ਜਿਹੜਾ ਤੁਸੀਂ ਮੋਟਾ ਇੰਨਾ ਜਿਹੜਾ ਉੱਡਣ ਤੋਂ ਬਾਅਦ ਜਦੋਂ ਟਾਇਰ ਵਿੱਚ ਨਹੀਂ ਜਾਂਦਾ ਹੁੰਦਾ ਉਹ ਪਲੇਸ ਆ
ਇੱਥੇ ਜਾ ਕੇ ਫਿੱਟ ਹੋ ਜਾਂਦਾ ਉਹ ਹਾਂ ਯਾਰ ਮਤਲਬ ਆਹ ਆਹ ਟਾਇਰ ਜਦੋਂ ਹੋ ਗਿਆ ਹਨਾ ਫਿਰ ਐਂ ਜਾਣਾ ਉੱਪਰ ਇਹਨੇ ਉੱਪਰ ਲੱਗ ਜਾਣਾ ਫਿਰ ਪਾਇਲਟ ਨੇ ਵਿੱਚੋਂ ਲਿਆ ਕੇ ਥੱਲੇ ਦੀ ਪੱਟੀ ਮਾਰਨੀ ਹੈ ਹਨਾ ਇੱਥੋਂ ਆ ਦੇ ਯਾਰ ਸਹੀ ਆ ਯਾਰ ਬਾਈ ਹਨਾ ਚੀਜ਼ ਘੈਂਟ ਆ ਇਹ ਥੋੜ੍ਹਾ ਵੱਡਾ ਵਾ ਥੱਲੇ ਹਨਾ ਇਹ ਕਾਫੀ ਚੌੜਾ ਇੱਥੋਂ ਲੈ ਕੇ ਮਤਲਬ ਹਾਂ ਹੁਣ ਦੇਖ ਰਹੇ ਤੁਹਾਨੂੰ ਪਲੇਨ ਇਹ ਪਲੇਨ ਵੱਡਾ ਯਾਰ ਇੱਕ ਉਹਦੇ ਉੱਪਰ ਉੱਪਰ ਟੰਗਿਆ ਹੋਇਆ ਇਹਨਾਂ ਨੇ ਮਤਲਬ ਕਿ ਉਹ ਵੀ ਲੁਕਸ ਵੈਰੀ ਯੂਨੀਕ ਯਾਰ ਉਹ ਘੈਂਟ ਆ ਮਤਲਬ ਐਂ ਲੈ ਜਿਵੇਂ ਆਡੀ ਰਿਹਾ ਹੁੰਦਾ ਉਹ ਹੱਥ ਬਣਾਇਆ ਪੂਰਾ ਵਧੀਆ ਹੈ ਨਾ ਅਤੇ ਆਹ ਇਹਨਾਂ ਦਾ ਸਾਰਾ ਬਾਇਓਡਾਟਾ ਇਹ ਉੱਪਰਲੇ ਜਿਹੜਾ ਸੀਲਿੰਗ 'ਤੇ ਹੈਂਗ ਕੀਤਾ ਹੋਇਆ ਨਹੀਂ ਬਾਈ ਉਹ ਰੀਫਿਊਲਿੰਗ ਟੈਂਕਰ ਆ ਆਹਦੇ ਲਿਖਿਆ ਉਹ ਵਾਲਾ ਆਹ ਗੱਲ ਬਹੁਤ ਅੰਦਰੋਂ ਯਾਰ ਮਤਲਬ ਕਿ ਬੜੀ ਚੀਜ਼ ਆ ਟੱਚ ਨਹੀਂ ਕਰ ਸਕਦੇ ਉੱਥੇ ਲਿਖਿਆ ਹੋਇਆ ਮਤਲਬ ਟੱਚ ਕਰਨਾ ਮਨਾ ਲੇਕਿਨ ਅਤੇ ਚਲੀਏ ਫਿਰ ਆਪਾਂ ਉੱਥੋਂ ਮੇਨ ਐਂਟਰੈਂਸ ਤੋਂ ਆਏ ਹਾਂ ਉੱਥੋਂ ਆਪਾਂ ਉਹ ਸੈਕਸ਼ਨ ਪੂਰਾ ਕਰ ਲਿਆ ਅਤੇ ਸੈਕਸ਼ਨ ਆਹ ਵਾ 24 ਐਂਟਰੈਂਸ ਹਾਂ ਸਹੀ ਆਹ ਰੱਖਿਆ ਇਹਨਾਂ ਨੇ ਪੂਰਾ ਵਧੀਆ ਬਣਾ ਦਿਆ ਮੈਨੂੰ ਰਾਹ ਅੰਦਰ ਹੀ ਇੱਕ ਬੰਦੇ ਨੇ ਦੱਸਿਆ ਸਹੀ ਆ ਜਾਂ ਗਲਤ ਉਹ ਨਹੀਂ ਪਤਾ ਮੈਂ ਫਸਟ ਏਅਰਪੋਰਟ ਕਹਿੰਦੇ ਇਹ ਹੁੰਦਾ ਸੀਗਾ ਅਤੇ ਉਹ ਬਾਅਦ ਪਰੇਡ ਕਰਦੇ ਕਿ ਇੱਥੇ ਇਹਨਾਂ ਨੇ ਮਿਊਜ਼ੀਅਮ ਬਣਾ ਦਿੱਤਾ ਹੁਣ ਮਿਊਜ਼ੀਅਮ ਹੀ ਤੁਸੀਂ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗੂਗਾ ਮਤਲਬ ਸਾਨੂੰ ਵਧੀਆ ਲੱਗਦਾ ਵੀਡੀਓ ਦੇਖ ਕੇ ਤੁਹਾਨੂੰ ਵਧੀਆ ਲੱਗਿਆ ਤਾਂ ਵਿਜ਼ਿਟ ਵੀ ਕਰ ਲਿਆ ਕਰੋ ਸਾਰਾ ਸੀ ਐਟਮੋਸਫੇਰਿਕ ਪ੍ਰੈਸ਼ਰ ਚੈੱਕ ਕਰਨ ਲਈ ਮੀਟਰ ਹੈ ਕੋਈ ਪੁਰਾਣੇ ਜ਼ਮਾਨੇ ਵਾਲਾ ਹਵਾ ਹਵਾ ਹੀ ਚੈੱਕ ਕਰਨਾ ਉਹ ਲੱਗਦਾ ਜਿਹੜਾ ਉਹ ਘੁੰਮਦਾ ਜਾਂ ਹੁੰਦਾ ਕਿੰਨੀ ਰਫਤਾਰ ਨਾਲ ਉਹ ਐ ਉਹ ਬਣਦਾ ਨਾ ਗ੍ਰਾਫ ਫਿਰ ਉਹ ਹਾਂ ਭਾਈ ਦੇਸੀ ਤਰੀਕੇ ਨਾਲ ਹੀ ਸਮਝਾ ਸਕਦੇ ਆ ਮਤਲਬ ਯਾਰ ਤੁਹਾਨੂੰ ਇੱਥੇ ਮਿਲ ਜੂ ਵੀ ਇਨਸਾਨ ਦਿਮਾਗ ਲਾ ਲਾ ਕੇ ਤਰੱਕੀ ਕਰ ਕਰਕੇ ਕਿੱਥੋਂ ਤੋਂ ਲੈ ਕੇ ਕਿੱਥੇ ਆ ਗਿਆ ਹੈ ਇਹ ਚੀਜ਼ ਮਤਲਬ ਹੈਰਾਨੀ ਜਾ ਰਹੀ ਅੱਗੇ ਦੇਖਦਾ
ਉਹਨਾਂ ਜ਼ਮਾਨਿਆਂ ਦਾ ਵੀ ਫਰਨੀਚਰ ਹੋਣਾ ਬਾਈ ਹੈ ਨਾ, ਅਤੇ ਉਹਦੇ ਕੈਪ ਹੈ ਨਾ ਸਾਰੀ ਚੀਜ਼, ਮਤਲਬ ਉਹ ਦੇਖ ਰੇਡੀਓ ਕੈਪ ਕਰ, ਫੋਨ ਵੀ ਪਿਆ, ਉਹ ਫੋਨ ਪਿਆ ਪੁਰਾਣੇ ਜ਼ਮਾਨੇ ਦਾ, ਉਹ ਪੈ ਦੰਬੂਕ, ਦੰਬੂਕ ਦਾ ਕਵਰ ਹੀ ਆ। ਹਾਂ ਅਤੇ ਦੇਖ ਲਓ ਉਹ, ਤੈਨੂੰ ਵਰਲਡ ਵਾਰ ਟੂ ਵਾਲੀ ਗੇਮ ਦੀ ਯਾਦ ਹੀ ਆ ਰਹੀ ਆ ਦੇਖ ਕੇ ਸਾਰਾ ਉਹ, ਹੈ ਨਾ ਉਹਨਾਂ ਟਾਈਮਾਂ ਦਾ ਸਾਰਾ ਕੁਛ ਦੇਖ ਕੇ ਨਾ। ਸੋਹਣਾ ਡਮੀ ਲਗਾਇਆ ਮੈਪ ਵਧੀਆ, ਹੈ ਨਾ ਤੁਸੀਂ ਸਾਰਾ ਏਅਰਪੋਰਟ ਹੀ ਆ ਪੁਰਾਣਾ ਮੈਨੂੰ ਲੱਗਦਾ, ਹੈ ਨਾ ਆਹ ਕੋਈ ਨਹੀਂ ਹੋਈ ਇਹਦਾ ਮੈਪ, ਉਹ ਜਿੱਥੇ ਆਪਾਂ ਆਏ ਹਾਂ ਉਹਦੇ ਤੋਂ ਪਈ ਉੱਥੇ। ਹਾਂ ਸਰ ਜੀ, ਇਹ ਪੁਰਾਣਾ ਏਅਰਪੋਰਟ ਸੀ, ਸੇਮ ਐਜ ਇਟ ਇਜ਼, ਉੱਥੇ ਪਲੇਨ ਲੱਗ ਗਏ ਸੀਗੇ, ਸਮਝ ਗਏ ਪਹਿਲਾਂ ਤੇਰੀ ਗੱਲ ਸਹੀ ਆ, ਆਹ ਇਹਦਾ ਮੇਨ ਉਹ ਆ। ਯਾਰ ਸਾਡੀ ਮਤਲਬ ਕਸ਼ਮਕਸ਼ ਦੇ ਵਿੱਚ ਵੀ ਇਹ ਓਰੀਜਨਲ ਆ, ਹੈ ਨਾ, ਲੇਕਿਨ ਦੇਖਣ ਨੂੰ ਬਿਲਕੁਲ ਡਿਟੋ ਓਰੀਜਨਲ ਲੱਗ ਰਿਹਾ। ਜੇ ਰੀਜਨਲ ਹੋਊਗਾ ਤਾਂ ਖਰਾਬ ਵੀ ਹੋ ਸਕਦਾ ਹੈ ਨਾ ਇਹ ਚੋਂ, ਲੇਕਿਨ ਖਬਰ ਕਿਹੜੇ ਹਿਸਾਬ ਨਾਲ, ਲੇਕਿਨ ਡਿਟੋ ਬਿਲਕੁਲ ਚੀਜ਼ ਉਹੀ ਹੈ ਕੈਂਡ ਆ। ਚਲ ਅੱਜ ਦਾ ਕੀ ਖੜੇ ਹੋ ਜਾਓ ਬੇਟਾ, ਚਲੀਏ ਫਿਰ। ਆਹ ਸਾਰੇ ਕਮਿਊਨੀਕੇਸ਼ਨ ਇਕਿਊਪਮੈਂਟ ਪਏ ਨੇ ਇਹਨਾਂ ਦੇ, ਸਾਨੂੰ ਵਧੀਆ ਯੂਨੀਕ ਚੀਜ਼ ਆ ਇਹਦੇ, ਇਹਦੇ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੁੰਦਾ ਜਦੋਂ ਕੋਈ ਪਲੇਨ ਕਰੈਸ਼ ਹੁੰਦਾ ਵਾ ਜਾਂ ਡਿੱਗਦਾ ਵਾ ਤਾਂ ਸਭ ਤੋਂ ਪਹਿਲਾਂ ਕੰਪਨੀਆਂ ਇਹਨੂੰ ਲੱਭਦੀਆਂ ਨੇ, ਸਰਚ ਟੀਮਾਂ ਜੋ ਹੁੰਦੀਆਂ ਨੇ, ਅਗਰ ਇਹ ਹੱਥ ਵਿੱਚ ਲੱਗ ਗਿਆ ਤਾਂ ਇਹਦੇ ਵਿੱਚ ਸਾਰੀ ਚੀਜ਼ ਰਿਕਾਰਡ ਹੋ ਜਾਂਦੀ ਆ ਕਿ ਰੀਜ਼ਨ ਕੀ ਹੈ, ਰੀਜ਼ਨ ਕੀ ਹੈ ਡਿੱਗਣ ਦਾ, ਕਿੱਥੇ ਫੇਲਿਅਰ ਹੋਇਆ, ਸਾਰੀ ਚੀਜ਼ ਰਿਕਾਰਡ ਹੋ ਜਾਂਦੀ ਇਹਦੇ ਵਿੱਚ, ਇਹਨੂੰ ਕਹਿੰਦੇ ਬਲੈਕ ਬਾਕਸ ਫੇਲ। ਬਲੈਕ ਤਾਂ ਹੈ ਨਹੀਂ ਫਿਰ ਇਹ, ਬਲੈਕ ਬਾਕਸ ਇੰਜਣ ਆ ਗਿਆ। ਚੱਲ ਬਾਈ ਕਰ ਯੂਜ਼, ਕੀ ਐਕਸਪੀਰੀਅੰਸ ਆ ਤੇਰਾ ਹੁਣ ਤੱਕ ਦਾ ਮਿਲਣ ਦੇ? ਯਾਰ ਐਕਸਪੀਰੀਅੰਸ ਮੈਨੂੰ ਤਾਂ ਇਹ ਆ ਵੀ ਅਗਰ ਤੂੰ 10 ਦਿਨਾਂ ਖਰਚ ਕੇ ਤੈਨੂੰ ਇੰਨੀ ਯੂਨੀਕ ਚੀਜ਼ ਦੇਖਣ ਨੂੰ ਮਿਲਦੀ ਜਿਹੜੀ ਕਦੇ ਲਾਈਫ 'ਚ ਐਕਸਪੀਰੀਅੰਸ ਨਹੀਂ ਹੋ ਸਕਦੀ, ਹੈ ਨਾ, ਕਦੇ ਵੀ ਲਾਈਫ 'ਚ ਐਕਸਪੀਰੀਅੰਸ ਨਹੀਂ ਹੋ ਸਕਦੀ। ਜਹਾਜ਼ਾਂ ਦੇ ਇੰਜਣ, ਕਮਿਊਨੀਕੇਸ਼ਨ ਸਿਸਟਮ ਸਾਰਾ ਉਹਨਾਂ ਦਾ, ਜੋ ਗੰਨ ਵੀ ਦੇਖੀ ਹੈ ਨਾ ਸਾਰੀ ਚੀਜ਼, ਔਰ ਉਹਨਾਂ ਦੇ ਬਿਲਕੁਲ ਡਿਟੇਲ ਨਾਲ 1934 1954 52 ਹੈ ਨਾ ਸਾਰੇ ਪਲੇਨ ਇੰਜਣ ਸਾਰਾ ਕੁਛ ਅੱਛਾ ਐਕਸਪੀਰੀਅੰਸ ਹੋ ਰਿਹਾ ਮੇਰੇ ਲਈ, ਤਾਂ ਯੂਨੀਕ ਸੀਗਾ ਬਿਲਕੁਲ। ਲਾਸਟ
ਇਹ ਤਾਂ ਇੱਕ ਤਾਂ ਨਾ ਸਰਪ੍ਰਾਈਜ਼ ਹੀ ਆ, ਮਤਲਬ ਇਹ ਜਦੋਂ ਤੁਸੀਂ ਦੂਸਰੇ ਸੈਕਸ਼ਨ 'ਚ ਇੱਧਰ ਆਉਂਦੇ ਹੋ ਨਾ, ਫਿਰ ਇੱਥੇ ਤੁਹਾਨੂੰ ਆ ਦੇਖੋ ਕ੍ਰੀਚਰਸ ਪੀਰੀਅਡ 120 million ਈਅਰ ਓਲਡ, ਸਹੀ ਹੈ, ਜਿਵੇਂ ਆਹ ਡਰੈਗਨ ਫਲਾਈ ਹੋ ਗਈ 145 million ਈਅਰਸ ਓਲਡ, ਮਤਲਬ ਇਹਨਾਂ ਦੇ ਮਿਲੇ ਨੇ ਕੰਕਾਰ, ਆਹ ਵੀ ਮਿਲਿਆ ਸੀ, ਆਹ ਵੀ ਮਿਲੇ ਹੋਏ ਨੇ, ਓ 120 million ਈਅਰ ਓਲਡ ਆ ਸੀ, ਤੈਨੂੰ ਪੰਜਾਬੀ ਭਾਸ਼ਾ ਦਾ ਛੋਟਾ ਡਾਇਨਾਸੌਰ ਆ, ਕਾਫੀ ਕੁਛ ਆ, ਮਤਲਬ ਦੇਖਣ ਨੂੰ ਅੱਛਾ ਟਾਈਮ ਪਾਸ ਆ, ਅਤੇ ਇਨਫੋਰਮੇਸ਼ਨ ਵੀ ਨਾਲ ਲਾਈ ਹੋਈ ਆ, ਔਰ ਕਾਫੀ ਵੱਡਾ ਵੀ ਆ ਨਾ, 4 ਸੈਕਸ਼ਨ ਆ, ਮੈਨੂੰ ਲੱਗਦਾ ਲਾਸਟ ਸੈਕਸ਼ਨ 'ਤੇ ਅਸੀਂ ਆ ਗਏ ਹਾਂ, ਅਤੇ ਇਹਦੇ ਵਿੱਚ ਐਨੀਮਲ ਡਾਇਨਾਸੌਰ ਵਗੈਰਾ ਦੀ ਸਾਰੀ ਹਿਸਟਰੀ ਇਹਨਾਂ ਨੇ ਡਿਟੇਲਡ ਕੀਤੀ ਹੋਈ ਆ, ਜਿਹੜੇ ਜਿਹੜੇ ਕਿੰਨੇ ਕਿੰਨੇ ਮਿਲੀਅਨ ਸਾਲ ਪੁਰਾਣੇ ਮਿਲੇ ਨੇ, ਹੈ ਨਾ। ਅਤੇ ਉਹ ਹੁਣ ਇੰਨੀ ਸਾਰੀ ਡਿਟੇਲ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਤੁਹਾਨੂੰ ਆ ਕੇ ਹੀ ਪੜ੍ਹਨੀ ਪੈਣੀ ਹੈ, ਲੇਕਿਨ ਇਹ ਸੰਭਾਲੀ ਸਾਰਾ ਕੁਛ ਕਰਦੇ ਨੇ, ਹੈ ਨਾ। ਜਿਵੇਂ ਆਹ ਦਿਖਾਉਣਾ ਮੈਂ ਤੁਹਾਨੂੰ, ਨਿਊ ਏਅਰਲਾਈਨ ਬੱਸਿਸ ਅਪਗ੍ਰੇਡਡ ਹੈ ਨਾ, ਅਪਡੇਟ ਕੀਤਾ ਇਹਨਾਂ ਨੇ ਸਾਰਾ, ਯਾਰ ਟੋਟਲ ਮਿਲਾ ਕੇ ਐਕਸਪੀਰੀਅੰਸ ਵਧੀਆ ਸੀ ਇਹਨਾਂ, ਹੈ ਹਲਕਾ ਜਿਹਾ ਬੈਠਿਆਂ ਬੈਠਿਆਂ ਦਾ ਪਲੈਨ ਬਣਿਆ ਬਾਈ ਦੇ ਦਿਮਾਗ 'ਚ ਸੀਗਾ ਇੱਥੇ ਜਾਣਾ, ਅਤੇ ਦੂਰ ਵੀ ਨਹੀਂ ਸੀ, ਕੋਈ ਟਿਕਟ ਵੀ ਨਹੀਂ ਐਕਸਪੈਂਸਿਵ, ਕੋਈ ਹੋਊਗਾ ਵੀ ਨਹੀਂ ਸੀ, ਬਟ ਅੰਦਰ ਆ ਕੇ ਬਹੁਤ ਵਧੀਆ ਲੱਗਿਆ, ਹੈ ਨਾ ਬਾਈ, ਘੈਂਟ ਚੀਜ਼ਾਂ ਦੇਖਣ ਨੂੰ ਐਕਸਪੀਰੀਅੰਸ ਹੋਇਆ। ਸੈਟਿਸਫੈਕਸ਼ਨ ਆ ਪੂਰੀ ਵਧੀਆ, ਚਲੋ ਚਲੋ।
ਇੱਥੋਂ ਸਟਾਰਟ ਕਰਕੇ ਅਸੀਂ ਘੁੰਮ ਘੁਮਾ ਕੇ ਆ ਸਾਰਾ ਮਿਊਜ਼ੀਅਮ ਹੀ ਆ, ਇੱਦਾਂ ਘੁੰਮ ਕੇ ਸਾਰਾ ਇੱਥੋਂ ਦੀ ਅਸੀਂ ਫਿਰ ਬਾਹਰ ਆ ਗਏ। ਪਲੇਨ ਦਾ, ਜਹਾਜ਼ਾਂ ਦਾ ਮਤਲਬ ਮਿਊਜ਼ੀਅਮ ਦੇਖਣਾ ਸਾਡਾ ਵੀ ਥੋੜ੍ਹੀ ਜਿਹੀ ਐਕਸਾਈਟਡ ਹੀ ਮਤਲਬ ਦਿਲ ਸੀਗਾ ਵੀ ਦੇਖਦੇ ਹਾਂ ਇਹਨੂੰ ਆਪਾਂ, ਹੈ ਨਾ, ਚੱਲ ਕੇ। ਲੇਕਿਨ ਹੁਣ ਆਪਾਂ ਇਹਨੂੰ ਐਕਸਪੀਰੀਅੰਸ ਪ੍ਰੋਪਰ ਕਰ ਲਿਆ ਅਤੇ ਟੋਟਲ ਮਿਲਾ ਕੇ ਮੈਨੂੰ ਤਾਂ ਵੀ ਫੁੱਲ ਮਜ਼ਾ ਆਇਆ ਅਸਲੀ। ਕਿਉਂ ਵਧੀਆ ਸੀ, ਬਹੁਤ ਵਧੀਆ ਸੀ ਬਾਈ, ਕਹਿੰਦੇ। ਚਲੋ ਫਿਰ ਚੱਲੀ ਆ, ਚਲੋ ਰਾਖੀ ਖਾ ਜਾਓ ਬੇਟਾ। ਲੋ ਵੀ ਮਿੱਤਰੋ, ਵਾਪਸ ਆਪਾਂ ਆਪਣੀ ਗੱਡੀ 'ਚ ਆ ਗਏ ਹਾਂ, ਕਾਰ 'ਚ ਆ ਗਏ ਹਾਂ, ਅਤੇ ਮੈਂ ਦੱਸਣ ਲੱਗਿਆ ਸੀ ਐਕਸਪੀਰੀਅੰਸ ਮਹੱਤਾ ਮਿਊਜ਼ੀਅਮ ਦਾ, ਜਿਹੜਾ ਜਹਾਜ਼ਾਂ ਦਾ ਮਿਊਜ਼ੀਅਮ ਆ ਪੰਜਾਬੀ ਦੇ ਵਿੱਚ ਠੋਕ ਵਜਾ ਕੇ ਦੇਸੀ ਵਿੱਚ। ਇਹ ਬਿਲਕੁਲ ਮਤਲਬ ਯੂਨੀਕ ਐਕਸਪੀਰੀਅੰਸ ਸੀਗਾ ਕਿ ਕਿੱਥੇ ਆਪਾਂ ਨੂੰ ਜਹਾਜ਼ਾਂ ਦੇ ਉਹ ਨਹੀਂ ਮਤਲਬ ਇੰਜਣ ਆਪਾਂ ਕਦੇ ਦੇਖਿਆ ਦੇਖਣ ਨੂੰ ਮਿਲਦੇ, ਹੈ ਨਾ। ਥੋੜ੍ਹਾ ਜਿਹਾ ਬੇਟਾ ਸਲੋ ਕਰ ਲਓ। ਅਤੇ ਸਾਰੀ ਚੀਜ਼ ਜੋ ਟੋਟਲ ਮਿਲਾ ਕੇ ਉਹ ਪੂਰਾ ਐਨ ਵਧੀਆ ਟਾਈਮ ਪਾਸ ਵੀ ਹੋਇਆ, ਰਸ਼ ਵੀ ਨਹੀਂ ਸੀਗਾ ਕਿ ਹਫੜੂ ਦਫੜੂ ਮੱਚੀ ਪਈ ਆ ਵੀ ਇੱਧਰ ਉੱਧਰ, ਹੈ ਨਾ। ਚਾਰ ਸੈਕਸ਼ਨ ਵਧੀਆ ਟਾਈਮ ਸਪੈਂਡ ਕਰਕੇ ਅਸੀਂ ਦੇਖੇ ਇਕੱਲੀ ਇਕੱਲੀ ਚੀਜ਼। ਅਤੇ ਜਿੰਨਾ ਕੁ ਰਿਕਾਰਡ, ਜਿੰਨੀ ਕੁ ਸਾਨੂੰ ਜਾਂਚ ਆ, ਜਿੰਨੀ ਕੁ ਸਾਨੂੰ ਐਕਸਪੀਰੀਅੰਸ ਆ, ਅਤੇ ਉਸ ਹਿਸਾਬ ਨਾਲ ਅਸੀਂ ਥੋੜ੍ਹਾ ਰਿਕਾਰਡ ਵੀ ਕੀਤਾ ਆਪਣਾ ਵਲੋਗ। ਅਤੇ ਹੋਪ ਯੂ ਲਾਈਕ ਇਟ। ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਪਲਾਨ ਹੈ ਕਿ ਵੀ ਜਦੋਂ ਵੀ ਸਾਨੂੰ ਟਾਈਮ ਮਿਲੂਗਾ ਅਸੀਂ ਮਤਲਬ ਐਕਸਪਲੋਰ ਕਰਦੇ ਰਹਾਂਗੇ, ਹੈ ਨਾ, ਚੀਜ਼ਾਂ, ਤਾਂ ਜੋ ਮਤਲਬ ਕਹਿਣ ਨੂੰ ਕੰਟੈਂਟ ਬਣਿਆ ਰਹੇ, ਹੈ ਨਾ ਅਸਲੀ ਮੈਂ। ਅਤੇ ਚਲੋ ਜੀ, ਇਹਦੇ ਨਾਲ ਹੀ ਆਪਾਂ ਵਲੋਗ ਦਾ ਕਰਦੇ ਹਾਂ ਐਂਡ। ਥੈਂਕ ਯੂ ਸੋ ਮੱਚ, ਹੋਪ ਯੂ ਲਾਈਕ ਇਟ, ਪਲੀਜ਼ ਡੂ ਸਬਸਕ੍ਰਾਈਬ। ਇੰਨਾ ਕੀ ਬਸ, ਥੈਂਕ ਯੂ, ਬਾਏ ਬਾਏ।